ਦੋਸਤੋ, ਲੱਕਾ ਸਧਾਣਾ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਨਾ ਸਿੱਧੂ ਦੀਆਂ ਭੈਣਾਂ ਬਾਰੇ ਕੀ ਕਿਹਾ, ਇਸ ਬਾਰੇ ਖੁਲਾਸਾ ਕੀਤਾ ਵਿਸ਼ਵਜੀਤ ਫਾਜ਼ਿਲਕਾ ਨੇ। ਵਿਸ਼ਵਜੀਤ ਫਾਜ਼ਿਲਕਾ ਉਹੀ ਨੌਜਵਾਨ ਹੈ ਜਿਸ ਨੂੰ ਇੱਕ ਦਿਨ ਪਹਿਲਾਂ CA ਸਟਾਫ ਦੇ ਮੁਨਸ਼ੀ ਵੱਲੋਂ ਧਮਕੀ ਮਿਲਣ ਦੀਆਂ ਕਾਲ ਰਿਕਾਰਡਿੰਗਸ ਵਾਇਰਲ ਹੋ ਰਹੀਆਂ ਹਨ, ਕਿਉਂਕਿ ਉਹ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬੋਲਿਆ ਸੀ, ਅਤੇ ਇਸੇ ਨੌਜਵਾਨ ਵੱਲੋਂ ਕੁਝ ਹੋਰ ਵੱਡੇ ਖੁਲਾਸੇ ਕੀਤੇ ਗਏ ਨੇ। ਆਓ ਦੇਖੋ ਕੀ ਕਿਹਾ ਕੇਜਰੀਵਾਲ ਨੇ ਭਾਨਾ ਸਿੱਧੂ ਦੀਆਂ ਭੈਣਾਂ ਬਾਰੇ ਅਤੇ ਰਿਹਾਈ ਬਾਰੇ, ਅਤੇ ਇਸ ਮਾਮਲੇ ਬਾਰੇ ਕੀ ਖੁਲਾਸੇ ਕੀਤੇ ਨੇ ਇਸ ਨੌਜਵਾਨ ਨੇ, ਅਤੇ ਤੁਹਾਡਾ ਇਸ ਮਾਮਲੇ 'ਤੇ ਕੀ ਕਹਿਣਾ ਉਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਅੱਜ ਜਨਰਲ ਡਾਇਰ ਦਾ ਵੱਡਾ ਭਰਾ ਪੰਜਾਬ ਦੇ ਵਿੱਚ ਆਇਆ, ਭਗਵੰਤ ਮਾਨ ਦਾ ਕੇਜਰੀਵਾਲ ਆ, ਇਹਦੇ ਭਾਸ਼ਣ ਚੱਲੀ ਜਾਂਦੇ ਆ। 75 ਸਾਲ ਦੇਸ਼ ਦੇ ਵਿੱਚ ਹੋ ਗਿਆ ਗਰੀਬਾਂ ਵਾਸਤੇ ਰਾਸ਼ਨ ਆਉਂਦਿਆਂ ਨੂੰ, ਕਹਿਣ ਤੋਂ ਪਾ 75 ਸਾਲ ਹੋ ਗਏ ਗਰੀਬ ਹਾਲੇ ਤੱਕ ਅਮੀਰ ਨਹੀਂ ਹੋਏ, ਅਤੇ ਅੱਜ ਇਹਨਾਂ ਦੀ ਸਰਕਾਰ ਆ ਜਿਹੜੀ ਉਹ ਇਹ ਕਹਿੰਦੀ ਫਿਰਦੀ ਆ ਵੀ ਅਸੀਂ ਘਰ ਘਰ ਰਾਸ਼ਨ ਹੁਣ ਪਹੁੰਚਾਉਣਾ। ਉਧਰੋਂ ਭਗਵੰਤ ਮਾਨ ਕਹਿ ਰਿਹਾ, ਉਧਰੋਂ ਆ ਕੇਜਰੀਵਾਲ ਕਹੀ ਜਾਂਦਾ, ਉਹ ਅਸਲ ਬਸ਼ਰਮਾ ਦੀ ਡੁੱਲੀ ਦਾਲ ਤੇ ਅਸੀਂ ਡੋਲ ਡੋਲ ਖਾਂਦੇ ਹਾਂ। ਮੈਨੂੰ ਆਖਰ ਨੂੰ ਬੋਲਣਾ ਪਊਗਾ, ਸਾਡੀ ਨਾ ਤੁਸੀਂ ਆ ਦੋ ਡੰਗ ਦੀ ਰੋਟੀ ਪਿੱਛੇ ਰੱਖੀ ਜਾਂਦੇ ਹਾਂ। ਕੇਜਰੀਵਾਲ ਖੁਦ ਇਹ ਤੂੰ ਇਹ ਗੱਲ ਕਹਿ ਰਿਹਾ ਕਿ ਸਾਡੀ ਤਾਂ ਐਡੀ ਕਾਤ ਨਹੀਂ ਸੀ, ਹਮ ਤੋਂ ਛੋਟੇ ਲੋਕ ਥੇ, ਆਪਨੇ ਹਮਾਰੀ ਜ਼ਿੰਮੇਦਾਰੀ ਬੜਾ ਦੀ, ਹਮ ਤੋਂ 24 ਘੰਟੇ ਪੰਜਾਬ ਦੇਸ਼ ਕੇ ਲੀਏ ਫਿਰਤੇ ਹੈ, ਤੁਸੀਂ 24 ਘੰਟੇ ਅਸਲ ਦੇ ਵਿੱਚ ਲੁੱਟਾਂ ਖੂਹਾਂ 'ਤੇ ਫਿਰਦੇ ਹਾਂ, ਤੁਸੀਂ 24 ਘੰਟੇ ਲੋਕਾਂ ਦੇ ਪਰਚੇ ਪਵਾਈ ਜਾਂਦੇ ਹਾਂ, ਤੁਸੀਂ 24 ਘੰਟਿਆਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ 'ਤੇ ਪਰਚੇ ਪਵਾਏ, ਆਹ ਤੁਹਾਡੀ ਸਰਕਾਰ 'ਚ ਸਾਡੀਆਂ ਧੀਆਂ ਭੈਣਾਂ 'ਤੇ ਡਾਂਗਾਂ ਪਈਆਂ, ਅਤੇ ਤੁਸੀਂ ਮੁੱਛਾਂ 'ਤੇ ਹੱਥ ਮਾਰੀ ਜਾਂਦੇ ਹਾਂ ਕੀ ਕਹਿ ਕੇ ਕਿ ਅਸੀਂ ਆਟਾ ਰਾਸ਼ਨ ਦਾਲ ਘਰ ਘਰ ਪਹੁੰਚਾਵਾਂਗੇ। ਕੇਜਰੀਵਾਲ ਤੂੰ ਕੌਣ ਹੁੰਦਾ, ਇਹ ਭਗਵੰਤ ਮਾਨ ਦਾ ਵਾਪਸੀ ਮਾਸਟਰ, ਕੀ ਇਹ ਮਾਸਟਰ ਦੀ ਕਮਾਈ 'ਚੋਂ ਤੁਸੀਂ ਪਹੁੰਚਾਉਣੇ ਲੋਕਾਂ ਦੇ ਘਰ ਘਰ ਰਾਸ਼ਨ? ਭਗਵੰਤ ਮਾਨ 5 ਸਾਲਾਂ ਵਾਸਤੇ ਰਾਖਾ ਬਿਠਾਇਆ, ਇਹ ਭਗਵੰਤ ਮਾਨ ਸਾਨੂੰ ਧਮਕੀਆਂ ਦਵਾਉਂਦਾ ਫੋਨਾਂ 'ਤੇ, ਅਸੀਂ ਆਡੀਓ ਵੀ ਵਾਇਰਲ ਕੀਤੀਆਂ ਮੈਂ, ਉਹ ਤੁਸੀਂ ਫਿਰਦੇ ਕਿੱਧਰ ਆ? ਇਹ ਦੇਸ਼ ਆਜ਼ਾਦ ਕਿਹਾ ਤੁਸੀਂ, 75 ਸਾਲ ਹੋ ਗਏ ਗਰੀਬਾਂ ਵਾਸਤੇ ਰਾਸ਼ਨ ਆਉਂਦਿਆਂ ਨੂੰ, ਅਤੇ ਵਿਚਾਲੜੇ ਦਲਾਲ ਖਾ ਜਾਂਦੇ ਸੀ, ਅਤੇ ਤੁਹਾਡੀ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ, ਅਤੇ ਤੁਸੀਂ ਅੱਜ ਉੱਚੀ ਉੱਚੀ ਬੋਲਦੇ ਆ, ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ। ਆਪਦੇ ਆਪ ਨੂੰ ਗੁਰੂਆਂ ਦੇ ਬੇਟੇ ਕਹਿਣ ਵਾਲੇ, ਆਪਦੇ ਆਪ ਨੂੰ ਗੁਰੂਆਂ ਪੀਰਾਂ ਦੀ ਧਰਤੀ 'ਤੇ ਕਹਿਣ ਵਾਲੇ, ਅੱਜ ਇਹ ਲੋਕ 300-300 ਯੂਨਿਟਾਂ ਦੇ ਵਿੱਚ ਵਿਕੇ ਫਿਰਦੇ ਆ, ਅਤੇ ਆਹ ਸਾਨੂੰ ਉੱਥੋਂ ਚੱਲ ਕੇ ਦਿੱਲੀ ਤੋਂ ਆ ਕੇ ਭਾਸ਼ਣ ਦੇ ਕੇ ਉਹ ਪਤਾ ਕੀ ਕਹੀ ਜਾਂਦੇ ਆ ਕਿ ਰਾਸ਼ਨ ਘਰ ਘਰ ਪਹੁੰਚਾਵਾਂਗੇ। ਰਾਸ਼ ਬਹੁਤ ਵੱਡਾ ਤਾਂ ਕੰਮ ਆ ਜੀ ਅਖੇ, ਜਿਹੜਾ ਰਾਸ਼ਨ ਘਰ ਘਰ ਪਹੁੰਚ ਰਿਹਾ। ਲੈ ਕੇਜਰੀਵਾਲ ਤੂੰ ਕੌਣ ਆ ਘਰੇ ਪਹੁੰਚਾਉਣ ਵਾਲਾ ਲੋਕਾਂ ਦੇ ਰਾਸ਼ਨ ਕਾਰਡ, ਜਿਹੜਾ ਕਹਿ ਲਓ ਰਾਸ਼ਨ ਪਹੁੰਚਾਉਣ ਵਾਲਾ ਤੂੰ ਕੌਣ ਆ? ਤੂੰ ਇੱਕ ਲੋਕਾਂ ਦਾ ਚੁਣਿਆ ਹੋਇਆ ਦਿੱਲੀ ਦੇ, ਅਤੇ ਆ ਭਗਵੰਤ ਮਾਨ ਕੌਣ ਆ ਜਿਹੜਾ ਕਦੇ ਡਰਾਮੇ ਕਰਦਾ ਸੀ? ਇਹਨਾਂ ਨੂੰ ਸੰਗਰੂਰ ਦੇ ਲੋਕਾਂ ਨੇ MP ਬਣਾਇਆ ਤੇਰੀ ਪਾਰਟੀ ਦਾ, ਪੰਜਾਬ ਦੇ ਲੋਕਾਂ ਨੇ ਇਹਨੂੰ ਵੋਟਾਂ ਪਾਈਆਂ ਅਤੇ ਮੁੱਖ ਮੰਤਰੀ ਬਣਾਇਆ, ਉਹ ਤੁਸੀਂ ਆਟਾ ਰਾਸ਼ਨ ਦਾਲ 'ਚ ਉਲਝਾਈ ਜਾਂਦੇ ਆ। 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਅਤੇ ਲੋਕਾਂ ਨੂੰ ਸਿਰਫ਼ ਉਹ ਦੋ ਡੰਗ ਦੀ ਰੋਟੀ ਪਿੱਛੇ ਭਜਾਈ ਫਿਰਦੇ ਆ, ਨੌਕਰੀ ਤੁਸੀਂ ਨਹੀਂ ਦੇ ਸਕਦੇ। ਹੁਣ ਤੁਸੀਂ ਕਹੋਗੇ ਅਸੀਂ ਤਾਂ ਨੌਕਰੀਆਂ ਬਹੁਤ ਦੇਤੀਆਂ,
ਤੁਸੀਂ ਕਹੋਗੇ ਸਟਾਟਾ ਅਸੀਂ ਤਾਂ ਦੂਜਾ ਆ ਮਹੱਲਾ ਕਲੀਨਿਕ ਬਣਾਤੇ ਆ। ਮਹੱਲਾ ਕਲੀਨਿਕਾਂ ਦੇ ਫਾਇਦੇ ਕਿੰਨੇ ਕੁ ਆ? ਉਹ ਇੱਥੇ ਜਿਹੜਾ ਕਹਿ ਲਓ ਮੈਂ ਹਜ਼ਾਰਾਂ ਰੁਪਈਆਂ ਦੇ ਟੈਸਟ ਕਰਾ ਲਏ ਆਪਦੇ, ਅਤੇ ਮੇਰੀ ਇੱਕ ਇੱਕ ਜਿਹੜੀ ਕਹਿ ਲਓ ਪਾਈ ਲੱਗੀ ਆ, ਅਤੇ ਮੈਂ ਸਾਰੇ ਜਿਹੜੇ ਪੈਸੇ ਉਹ ਮੇਰੇ ਕੋਲ ਪਹਿਲਾਂ 30-35 ਹਜ਼ਾਰ ਰੁਪਇਆ ਸੀ ਉਹ ਲਾ ਲਿਆ, ਅਤੇ ਬਾਅਦ ਦੇ ਵਿੱਚ ਫਿਰ ਮੇਰਾ ਦਵਾਈਆਂ 'ਤੇ ਪੈਸਾ ਲੱਗਿਆ, ਮੈਂ ਲੋਕ ਜਿਹੜਾ ਕਹਿ ਲਓ ਉਧਾਰੇ ਸੁਧਾਰੇ ਫੜ ਕੇ ਲਾਈ ਜਾਂਦਾ। ਉਹ ਲੋਕਾਂ ਕੋਲ ਤਾਂ ਇਲਾਜ ਨੂੰ ਪੈਸੇ ਹੈ ਨਹੀਂ ਗੇ, ਲੋਕ ਤਾਂ ਮਰੀ ਜਾਂਦੇ। ਤੁਸੀਂ ਪਤਾ ਨਹੀਂ ਕਿਹੜੇ ਮਹੱਲਾ ਕਲੀਨਿਕਾਂ ਦੀ ਗੱਲ ਕਰਦੇ ਆ, ਤੁਸੀਂ 100 ਕਰੋੜ ਰੁਪਇਆ ਮਹੱਲਾ ਕਲੀਨਿਕਾਂ 'ਤੇ ਖਰਾਬ ਕਰਤਾ, ਅਤੇ ਜੇਕਰ ਉਹੀ ਮਹੱਲਾ ਕਲੀਨਿਕਾਂ ਦੇ ਵਿੱਚ ਤਾਂ ਤੁਸੀਂ ਨਾ ਖੋਲ੍ਹੇ ਹੁੰਦੇ ਤਾਂ ਉਹੀ 100 ਕਰੋੜ ਰੁਪਈਏ ਦੇ ਵਿੱਚ ਡਾਕਟਰ ਮਸ਼ੀਨਾਂ ਪੂਰੀਆਂ ਕੀਤੀਆਂ ਹੁੰਦੀਆਂ 23 ਜ਼ਿਲ੍ਹਿਆਂ ਦੇ ਵਿੱਚ, ਕਿਹਦਾ ਕੁਛ ਹੋ ਜਾਣਾ ਸੀ। ਅੱਜ ਗੱਲ ਸੁਣ, ਤੁਸੀਂ ਕਹਿੰਦੇ ਹੋ ਵੀ ਸਾਡੀ ਡਿਊਟੀ ਬਹੁਤ ਵੱਡੀ ਲਾਤੀ, ਪੰਜਾਬ ਦੇ ਲੋਕਾਂ ਦਾ ਇਹ ਮੁੱਲ ਮੋੜੀ ਜਾਂਦਾ ਕੇਜਰੀਵਾਲ? ਉਹ ਕੇਜਰੀਵਾਲ ਪੰਜਾਬ ਦੇ ਲੋਕਾਂ ਦਾ ਮੁੱਲ ਇਹ ਮੋੜੀ ਜਾਂਦਾ? ਪੰਜਾਬ ਦੇ ਵਿੱਚ ਇੱਥੋਂ ਕੁਝ ਏਜੰਟ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਈਆ ਦੱਬ ਲਿਆ। ਇੱਧਰ ਝਾਤੀ ਮਾਰ, ਹਲੇ ਤਾਂ ਮੈਂ ਠੀਕ ਨਹੀਂ ਗਾ, ਨਹੀਂ ਮੈਂ ਤੁਹਾਨੂੰ ਦੱਸਣਾ ਸੀ ਮੈਂ ਬੋਲਦਾ, ਤੁਹਾਨੂੰ ਪਤਾ ਹੀ ਮੈਂ ਕਿਵੇਂ ਹੁੰਦਾ। ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਈਆ ਜਿਹੜਾ ਤੁਹਾਡਾ ਕੋਈ ਕਿਸੇ ਦੇ ਬੋਕਰ ਕੋਈ ਮੱਥੇ ਨਹੀਂ ਲਾਉਂਦਾ, ਤੇ ਤੁਹਾਡੀ ਬੋਕਰ ਜਿਤਾ ਕੇ ਰੱਖਤੀ ਇਹਨੇ, ਤੁਹਾਡੀ ਬੋਕਰ ਜਿਤਾਈ ਜਿਹੜੇ ਲੋਕਾਂ ਨੇ, ਉਹ ਲੋਕਾਂ ਨੇ 92 ਸੀਟਾਂ ਲਿਆ ਕੇ ਦਿੱਤੀਆਂ, ਜਿਹੜੇ ਐਨ ਆਰ ਆਈਆਂ ਨੇ ਤੁਹਾਨੂੰ ਫੰਡ ਦਿੱਤੇ, ਐਨ ਆਰ ਆਈ ਕਹਿੰਦੇ ਆ, ਜਿਹੜੇ ਐਨ ਆਰ ਆਈਆਂ ਨੇ ਤੁਹਾਡੇ ਪਿੱਛੇ ਪੁੱਛਾਂ ਲਾਤੀਆਂ ਪੈਸੇ ਦੀਆਂ, ਉਹਨਾਂ ਐਨ ਆਰ ਆਈਆਂ ਦੀਆਂ ਕੋਠੀਆਂ ਦੱਬਣ ਲੱਗ ਗਏ ਤੁਹਾਡੇ MLA। ਆਖੇ ਕੀ ਕਹਿੰਦੇ ਨੇ, ਆਖੇ ਸਾਨੂੰ ਘਰੇ ਚਿਤਰਾਈਆਂ ਨੇ ਸੱਸਿਆ ਦੇ ਦਿਨ ਭੁੱਲ ਗਈ, ਸਟੇਜ 'ਤੇ ਚੜ੍ਹ ਕੇ ਕਰਦੇ ਕੀ ਫਿਰਦੇ ਰਹਿੰਦੇ ਤੁਸੀਂ? ਫਿਰ ਕਰੋੜਾਂ ਰੁਪਈਆ ਏਜੰਟਾਂ ਨੇ ਦੱਬਿਆ, ਭਾਨੇ ਸਿੱਧੂ ਸੀ ਜਿਹੜਾ, ਉਹਨੇ ਕਰੋੜਾਂ ਰੁਪਈਆ ਲੋਕਾਂ ਤੋਂ ਕਢਵਾ ਕੇ ਦਿੱਤਾ, ਉਹ ਜਿਹੜੇ ਏਜੰਟ ਅੰਦਰ ਜਾਣੇ ਚਾਹੀਦੇ ਸੀ ਉਹ ਬਾਹਰ ਫਿਰਦੇ ਆ, ਅਤੇ ਜਿਹਨੂੰ ਕੋਈ ਉਹਨੂੰ ਕੋਈ ਮਾੜਾ ਮੋਟਾ ਕੋਈ ਹਾਰ ਸ਼ਿੰਗਾਰ ਪਾਉਣਾ ਸੀ ਉਹਨੂੰ ਚੱਕ ਕੇ ਜੇਲ੍ਹਾਂ 'ਚ ਫੜਾ ਤਾ ਅਤੇ ਠੰਡੇ ਪਾਣੀ ਪਵਾ ਤੇ। ਆਹ ਭਗਵੰਤ ਮਾਨ ਨੂੰ ਸਮਝਾ ਖਾਂ ਅਤੇ ਸਟੇਜਾਂ 'ਤੇ ਚੜ੍ਹ ਚੜ੍ਹ ਨੱਚਦਾ, ਅਤੇ ਮੇਰੀ ਗੱਲ ਸੁਣ, ਇੱਧਰ ਜਦੋਂ ਮੌੜ ਰੈਲੀ ਹੋਈ ਸੀ ਤੂੰ ਤੈਨੂੰ ਟ੍ਰੇਨ 'ਤੇ ਤੂੰ ਮਸਾਂ ਫਿਰਦਾ ਸੀ, ਉਦੋਂ ਟ੍ਰੇਨ 'ਤੇ ਚੜ੍ਹਾਉਂਦਾ ਨਹੀਂ ਸੀ, ਉਦੋਂ ਸਾਈਕਲ 'ਤੇ ਨਹੀਂ ਚੜ੍ਹਾਉਂਦਾ ਸੀ ਤੁਹਾਨੂੰ ਕੋਈ, ਅੱਜ ਜਹਾਜ਼ ਚੱਕੀ ਫਿਰਦੇ ਹਾਂ। ਮੈਨੂੰ ਇੱਕ ਗੱਲ ਦਾ ਜਵਾਬ ਦੇ ਕੇਜਰੀਵਾਲ ਸਾਹਿਬ, ਕਿ ਮੈਨੂੰ ਇੱਕ ਗੱਲ ਤੁਸੀਂ ਦੱਸੋ ਵੀ ਤੁਸੀਂ 55-55 ਕਰੋੜ ਰੁਪਈਆ ਰੇਲਾਂ 'ਤੇ ਲਾਉਂਦੇ ਆ, ਕੀ ਗੱਲ ਮਸ਼ੀਨ ਲਾਈ ਤੁਹਾਡੇ ਘਰੇ ਪੈਸਿਆਂ ਦੀ ਕਿਸੇ ਨੇ? ਉਹ ਤੁਹਾਡੇ ਪੈਸੇ ਆ ਉਹ? ਆਹ ਜਿਹੜਾ ਇੱਥੇ ਫਿਰ ਕਦੇ ਕੁਛ ਕਰਤਾ, ਜਿਹੜਾ ਅੱਜ ਗੱਡੀਆਂ ਲਈ ਫਿਰਦਾ ਭਗਵੰਤ ਮਾਨ, ਕਦੇ 2500 ਕਰੋੜ ਦਾ ਕਰਜ਼ਾ ਚੱਕ ਲਿਆ, ਕਦੇ 50 ਹਜ਼ਾਰ ਕਰੋੜ ਦਾ ਕਰਜ਼ਾ ਚੱਕ ਲਿਆ, ਤੂੰ ਭਰਨਾ ਇਹ ਜਾਂ ਇਹ ਰਾਘਵ ਚੱਡੇ ਨੇ ਭਰਨਾ? ਭਰਨਾ ਕਿਹਨੇ ਆ? ਅਸੀਂ ਭਰਨਾ? ਪਰਚੇ ਕੌਣ ਪਵਾਈ ਜਾਂਦਾ? ਤੁਸੀਂ ਪਵਾਈ ਜਾਂਦੇ ਆ। ਆਹ ਐਸ਼ੋ ਆਰਾਮ ਕੌਣ ਕਰੀ ਜਾਂਦਾ? ਤੁਸੀਂ ਕਰੀ ਜਾਂਦੇ ਆ। 3 ਲੱਖ ਦੇ ਬੂਟ, ਗਰੀਬਾਂ ਦਾ ਮਸੀਹਾ 3 ਲੱਖ ਦੇ ਬੂਟ ਪਾਉਂਦਾ ਹੁੰਦਾ? ਗੱਲਾਂ ਕਰਦੇ ਆ ਤੁਸੀਂ ਸ਼ਹੀਦ ਊਧਮ ਸਿੰਘ ਦੀਆਂ, ਉਹ ਸ਼ਹੀਦ ਉਹ ਹੋਏ ਆ ਸ਼ਹੀਦਾਂ ਨੂੰ ਜਿਵੇਂ ਜੇਲ੍ਹਾਂ ਦੇ ਵਿੱਚ ਤੁੰਨਿਆ ਸੀ, ਜਿਵੇਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਸੀ, ਉਹਨਾਂ ਨੇ ਜੇਲ੍ਹਾਂ 'ਚ ਬੈਠਿਆ ਹੀ ਕ੍ਰਾਂਤੀ ਲਿਆਤੀ, ਅਤੇ ਅੱਜ ਤੁਸੀਂ ਵੀ ਜਰਨਲ ਡਾਇਰ ਵਾਲਾ ਰੂਪ ਫੜਿਆ, ਅੰਗਰੇਜ਼ਾਂ ਦੀਆਂ ਆਤਮਾ ਤੁਹਾਡੇ 'ਚ ਭੜਕਦੀਆਂ ਫਿਰਦੀਆਂ, ਤੁਸੀਂ ਅੱਜ ਨੌਜਵਾਨਾਂ ਨੂੰ ਅੰਦਰ ਸਿੱਟੀ ਜਾਂਦੇ ਆ। ਇੱਕ ਪਾਸੇ ਤੂੰ ਆ ਕੇ ਸਾਡੇ ਗੁਰੂ ਦੀ ਫਤਿਹ ਬੁਲਾ ਰਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਦੂਜੇ ਪਾਸੇ ਸਾਡੇ ਫਤਿਹ ਬੁਲਾਉਣ ਵਾਲੇ ਤੁਸੀਂ ਜੇਲ੍ਹਾਂ 'ਚ ਸਟਾਏ ਆ। ਕਮਾਲ ਹੋ ਗਈ ਤੇਰੀ, ਉਹ ਐਡੇ ਤੁਸੀਂ ਬੇਰੂਪੀਏ ਬਣੇ ਫਿਰਦੇ ਆ। ਉਲਟਾ ਇੱਧਰ ਹੋਰ ਸੁਣ, ਤੇਰੇ ਬੰਦੇ ਜਿਹੜੇ ਆ ਵੇਖ, ਇੱਧਰ ਇੱਧਰ ਝਾਤੀ ਮਾਰ, ਆ ਵੇਖ ਤੁਹਾਡਾ ਉਲਟੇ ਬੰਦੇ ਜਿਹੜੇ ਤੁਹਾਡੇ ਮੁਨਸ਼ੀ, ਕੋਈ ਕਹਿੰਦਾ ਮੈਂ ਮੁਨਸ਼ੀ ਹਾਂ, ਕੋਈ ਕਹਿੰਦਾ ਮੈਂ ਕੁਛ ਹਾਂ, ਉਹ ਕਹਿੰਦੇ ਆ ਤੁਸੀਂ ਬੋਲਣਾ ਨਹੀਂ ਗਾ, ਉਹ ਧਮਕੀਆਂ ਦਿੰਦੇ ਆ, ਤੂੰ ਤੁਹਾਡੀਆਂ ਇਹ ਤੁਹਾਡੀਆਂ ਉਹ ਆ, ਇਹ ਹੱਲ ਹੈ। ਹਾਂਜੀ ਹਾਂਜੀ, ਕੌਣ ਬੋਲ ਰਿਹਾ? ਚਾਚੇ ਦਾ ਮੁੰਡਾ ਬੋਲ ਰਿਹਾ।
ਚੱਕਰ ਏਦਾਂ ਹੈ ਜੀ। ਹੈਲੋ, ਹਾਂਜੀ ਮੁਨਸ਼ੀ ਪ੍ਰੇਮ ਚੰਦ ਬੋਲਣਾ ਸੀ ਇਸ ਤਰ੍ਹਾਂ ਤੋਂ। ਹਾਂਜੀ, ਵਿਸ਼ਵਜੀਤ ਸਿੰਘ ਦੇ ਘਰੋਂ ਬੋਲਦੇ ਹੋ? ਹਾਂਜੀ ਹਾਂਜੀ, ਕੌਣ ਬੋਲ ਰਿਹਾ? ਇਹ ਹੈ ਤਾਂ ਕੋਈ ਹੋਰ ਆ, ਕੋਈ ਹੁਣ ਸੀ ਏ ਸਟਾਫ ਦਾ ਮੁਨਸ਼ੀ ਬਣ ਕੇ ਨੇ ਗੱਲ ਕੀਤੀ ਆ। ਇਹ ਤੁਹਾਡੇ ਜਿਹੜੇ ਪਿੰਡਾਂ ਦੇ ਵਿੱਚ ਫਿਰਦੇ ਆ, ਪਤਾ ਕਿੱਡਾ ਬੰਦ ਚੰਗ ਬੋਲਦੇ ਲੋਕਾਂ ਨੂੰ। ਗੱਲ ਸੁਣ ਕੇਜਰੀਵਾਲ ਸਾਹਿਬ, ਬੜੀ ਧਿਆਨ ਨਾਲ ਸਾਡੀ ਗੱਲ ਸੁਣਿਆ ਜੀ, ਬੜੀ ਗੌਰ ਨਾਲ ਸੁਣਿਆ ਜੀ। ਆਟਾ ਰਾਸ਼ਨ ਦਾਲ ਦੀਆਂ ਸਕੀਮਾਂ ਬੰਦ ਕਰ ਤੇ ਲੋਕਾਂ ਦੇ ਘਰੇ ਰੁਜ਼ਗਾਰ ਦੇ। ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਰਾਸ਼ਨ ਕਾਰਡ ਆ, ਤੇ ਉਸ ਰਾਸ਼ਨ ਕਾਰਡ ਤੇ ਇੱਕ ਨੌਕਰੀ ਦੇ, ਮੱਛੀ ਪਾਲਣ ਸਰਕਾਰੀ ਕਰਾ, ਡੈਰੀ ਫਾਰਮ ਸਰਕਾਰੀ ਕਰਾ, ਕਰਾਏਗਾ ਇਹ ਕੁਛ? ਸਟੇਜ ਤੇ ਚੜ ਚੜ ਕੇ ਤੁਸੀਂ ਗੱਲਾਂ ਕਰਨ ਯੋਗ ਰਹੀਆਂ ਸਿਰਫ, ਜਦੋਂ ਪੰਜਾਬ ਚ ਆਏਗਾ ਕੋਈ ਨਾ ਕੋਈ ਨਵੀਂ ਗੱਲ ਕੱਢ ਲਿਆਉਣਗੇ। ਮੈਨੂੰ ਤਾਂ ਐਂ ਲੱਗਦਾ ਵੀ ਕਿਸੇ ਦਿਨ ਨੂੰ ਨਾ ਜਿੱਦੇ ਬਾਥਰੂਮ ਦਾ ਵੀ ਉਦਘਾਟਨ ਕਰਾਉਣਾ ਹੋਇਆ ਕਰੂਗਾ ਤੇ ਬਸ ਤੈਨੂੰ ਸੱਦ ਲਿਆ ਕਰਨਾ ਇਹਨਾਂ ਨੇ। ਸਾਡੇ ਸਿਰ ਪਤਾ ਕਿੰਨਾ ਕਰਜ਼ਾ ਚੜੀ ਜਾਂਦਾ ਕੇਜਰੀਵਾਲ ਸਾਹਿਬ, ਤੁਸੀਂ ਤਾਂ ਆ ਕੇ ਮਾਰ ਕੇ ਚਾਰ ਗੱਲਾਂ ਖਾ ਕੇ ਤੋਸ਼ੇ ਤੇ ਲੰਘ ਜਾਂਦੇ ਆ। ਸਾਡੀ ਪੰਜਾਬ ਪੁਲਿਸ ਓਨੀ ਜ਼ਿਲ੍ਹੇ ਤੇ ਲੱਗਦੀ ਜਿੰਨੀ ਕੱਲੀ ਭਗਵੰਤ ਮਾਨ ਕਹਿ ਤੇ ਲੱਗੀ ਖੜੀ ਆ। ਕੀ ਗੱਲ, ਇਹ ਬਾਹਲਾ ਖਤਰਾ ਹੋ ਗਿਆ ਹੁਣ ਇਹਨਾਂ ਨੂੰ? ਇਹ ਪੰਜਾਬ ਉਹੀ ਹੈ ਜਿਹਦੇ ਵਿੱਚੋਂ ਤੁਹਾਨੂੰ 92 ਸੀਟਾਂ ਮਿਲੀਆਂ, ਤੇ 2027 ਦੇ ਵਿੱਚ ਵੀ ਉਹੀ ਪੰਜਾਬ ਆ ਜਿਹੜੀਆਂ ਤੁਹਾਡੀਆਂ 2 ਸੀਟਾਂ ਨਹੀਂ ਨਿਕਲਣੀਆਂ। ਪਹਿਲਾਂ ਭਗਵੰਤ ਮਾਨ ਨੂੰ ਠੰਡੀ ਗੋਲੀ ਦੇ, ਇਹਨੂੰ ਗੂੰਦ ਕਤੀਰਾ ਪਿਆ ਕੇ ਜਾਂ ਫਿਰ ਇਹਨੂੰ ਚੰਦਨ ਦੀਆਂ ਗੋਲੀਆਂ ਖਵਾਓ, ਠੰਡੀਆਂ ਹੁੰਦੀਆਂ। ਇਹ ਤਾਂ ਗਰਮੀ ਪਤਾ ਨਹੀਂ ਕਿਵੇਂ ਹੋਇਆ ਫਿਰਦਾ, ਮੈਨੂੰ ਲੱਗਦਾ ਹੁਣ ਇਹਨੂੰ ਕਿਸੇ ਨੇ ਭਰਿੰਡ ਮਾਰ ਕੇ ਖਵਾ ਤੇ, ਜਿਹਦੇ ਕਿਤੇ ਲੜ ਜਾਂਦਾ। ਕਦੇ ਕਿਸੇ ਨੂੰ ਅੰਦਰ ਕਰਾਤਾ, ਕਦੇ ਕਿਸੇ ਨੂੰ ਕਰਾਤਾ, ਕਦੇ ਕਿਸੇ ਨੂੰ ਧਮਕੀਆਂ ਦਵਾਤੀਆਂ। ਤੁਸੀਂ ਪੱਗ ਪੀਲੀ ਬੰਨਦੇ ਬੰਨਦੇ ਨਾ ਤੁਸੀਂ ਭਰਿੰਡਾਂ ਦਾ ਰੰਗ ਫੜ ਲਿਆ ਅਸਲ 'ਚ, ਤੇ ਇਹ 'ਚ ਜ਼ਹਿਰ ਕੱਢ ਕੇ ਜਾ। ਸਮਝਾ ਕੇ ਜਾਓ ਵੀ ਮੁੱਖ ਮੰਤਰੀ ਹੁੰਦਾ ਇੱਕ ਦਾਦਿਆਂ ਦੀ ਪੋਸਟ 'ਤੇ, ਜਿਹੜੇ ਘਰੇ ਬਜ਼ੁਰਗ ਹੁੰਦੇ ਨਾ ਉਹ ਸਲਾਹਾਂ ਕਰਾਉਂਦੇ ਹੁੰਦੇ ਆ, ਨਾ ਕਿ ਉਹ ਲੜਾਉਂਦੇ ਹੁੰਦੇ ਆ। ਇਹ ਤਾਂ ਪਤੰਦਰ ਸਾਰਿਆਂ ਨਾਲ ਲੜਨ 'ਤੇ ਹੋਇਆ ਪਿਆ, ਇਹਦਾ ਵੱਸ ਨਹੀਂ ਚੱਲਦਾ। ਨਹੀਂ ਤਾਂ ਹਰ ਇੱਕ ਲੀਡਰ ਦੇ ਜਾ ਕੇ ਮੂੰਹ 'ਤੇ ਚਪੇੜੇ ਮਾਰ ਕੇ ਆਇਆ ਕਰੇ ਘਰੇ ਜਾ ਕੇ ਉਹਦੇ। ਇਹ ਤਾਂ ਬਸ ਮਰਿਆਦਾ 'ਚ ਫਿਰਦਾ, ਹਲੇ ਪਤਾ ਨਹੀਂ ਕਿਹੜੀ 'ਚ, ਪਤਾ ਨਹੀਂ ਕੀ, ਹਲੇ ਕੋਈ ਹਲੇ ਫਿਰ ਵੀ ਕੋਈ ਮਾੜੀ ਮੋਟੀ ਉਹ ਆ ਵੀ ਵਾਕਈ ਹਲੇ ਹੈਗੀ ਹੈ। ਅਤੇ ਪਰ ਇਹ ਜਿਹੜੀਆਂ ਤੁਸੀਂ ਕਹੀਏ ਨਾ ਆਟਾ ਰਾਸ਼ਨ ਦਾਲ, ਹੁਣ ਮੈਂ ਸ਼ੁਰੂ ਗੱਲ ਕਰਨ ਲੱਗਿਆ ਕਿ ਪੰਜਾਬ ਦੇ ਲੋਕੋ, ਆਟਾ ਰਾਸ਼ਨ ਦਾਲ ਤੁਹਾਡੇ ਦਾਦਿਆਂ ਨੇ ਖਾਧੀ ਆ, ਤੁਹਾਡੇ ਪੜਦਾਦਿਆਂ ਨੇ ਖਾਧੀ, ਤੁਹਾਡੇ ਪਿਓਵਾਂ ਨੇ ਖਾਧੀ, ਅੱਜ ਤੁਸੀਂ ਖਾਈ ਜਾਂਦੇ ਆਟਾ ਰਾਸ਼ਨ ਦਾਲ। ਤੁਹਾਡੀ ਜ਼ਿਆਦਾਤਰ ਇਕੱਲ ਐਸੀ ਲੋਕਾਂ ਦੀ ਰਾਸ਼ਨ ਕਾਰਡ ਸਿੱਟੇ ਜਾਂਦੇ ਆ, ਪਰ ਇਹਦੇ ਵਿੱਚ ਕੁਝ ਜਰਨਲ ਭਰਾ ਵੀ ਹੁੰਦੇ ਆ। ਤੁਹਾਡੀਆਂ ਧੀਆਂ ਪੜ੍ਹੀਆਂ ਲਿਖੀਆਂ, ਤੁਹਾਡੀਆਂ ਭੈਣਾਂ ਪੜ੍ਹੀਆਂ ਲਿਖੀਆਂ, ਤੁਹਾਡੇ ਮੁੰਡੇ ਪੜ੍ਹੇ ਲਿਖੇ, ਉਹਨਾਂ ਦਾ ਚਾਰ ਪਾਉਣਾ ਤੁਸੀਂ ਕਿ ਉਹਨਾਂ ਦੇ ਸਰਟੀਫਿਕੇਟਾਂ ਨੂੰ ਕੱਛਾਂ 'ਚ ਰੱਖਣਾ ਹੈ, ਬਸ ਵੀ ਡਿੱਗਣਾ ਪੈਣਾ, ਲੈਮੀਨੇਸ਼ਨ ਕਰਾ ਕੇ ਰੱਖੀ ਬੈਠੇ ਆ। ਉਹਨਾਂ 'ਤੇ ਨੌਕਰੀ ਮੰਗੋ, 40,000 ਦੀ ਨੌਕਰੀ ਮੰਗੋ, ਵਿੱਚੋਂ 4,000 ਰੁਪਈਆ ਬਿਜਲੀ ਬਿੱਲ ਭਰੋ, ਇਹਨਾਂ ਤੋਂ ਨੌਕਰੀ ਮੰਗੋ ਇਹਨਾਂ ਤੋਂ, ਫਿਰ ਪਿੱਛੇ 36,000 ਬਚਦਾ, 6,000 ਰੁਪਏ ਦਾ ਆਟਾ ਰਾਸ਼ਨ ਦਾਲ ਲਿਆ ਕੇ ਖਾਓ। ਇਹ ਤਾਂ ਗੰਦੀ ਪਿੱਲੀ, ਤੁਸੀਂ ਖਾਣਾ ਖਾਓਗੇ ਤੁਸੀਂ ਇਹਨਾਂ ਦੇ? ਤੁਸੀਂ ਹਰ ਉਮਰ ਤੁਹਾਡੇ ਮੇਰੇ ਦਾਦੇ ਪੜਦਾਦੇ ਰਾਸ਼ਨ ਲੈਂਦੇ ਰਹੇ, ਕੀ ਬਣ ਗਿਆ, ਕੰਧਾਂ ਵੀ ਗਲੀਆਂ ਪਈਆਂ ਅੱਜ। ਫਿਰ ਉਹ ਜਿਹੜਾ ਕਹਿ ਲਓ 6,000 ਰੁਪਏ ਆਟਾ ਰਾਸ਼ਨ ਦਾਲ ਦਾ, ਪਿੱਛੇ 30,000 ਬਚਦਾ, 10,000 ਰੁਪਈਆ ਬੱਚੇ ਦੀ ਪੜ੍ਹਾਈ ਦਾ ਖਰਚਾ, ਜਿਹੜੀ ਸਰਕਾਰ ਤੁਹਾਨੂੰ ਕਹਿੰਦੀ ਅਸੀਂ ਕਮਰੇ ਦੇਵਾਂਗੇ, ਜਾ ਕੇ 20,000 ਰੁਪਈਆ ਬਚਦਾ, ਬੈਂਕ 'ਚ ਜਾਓ, ਉੱਥੋਂ 20,00,000 ਦਾ ਲੋਨ ਚੁੱਕੋ, 15,000 ਕਿਸ਼ਤ ਭਰੀ ਜਾਓ, 5,000 ਬਚੀ ਜਾਊਗਾ, ਅਤੇ 20,00,000 ਦੀ ਕੋਠੀ ਪੈਂਦੀ ਆ,
ਨੌਕਰੀਆਂ ਮੰਗੋ, ਆਟਾ ਰਾਸ਼ਨ ਦਾਲ ਤੇ ਹਮੇਸ਼ਾ ਮਰੋਗੇ, ਤੁਸੀਂ ਮਰਦੇ ਆਏ ਆ। ਗੱਲ ਸੁਣ ਬੀਬੀ, ਹਾ ਜਿਹੜੀ ਤੇਰੀ ਕੁੜੀ ਤੇਰੀ ਰਜਾਈ ਚ ਬੈਠੀ ਤੇਰੇ ਨਾਲ, ਇਹ 12 ਕੀਤੀਆਂ ਹੋਣਗੀਆਂ ਨੇ, ਇਹਦਾ 12 ਦਾ ਸਿਰ ਸਾੜਨਾ, ਜੇ ਕੋਈ ਕੰਮ ਹੀ ਨਹੀਂ ਆਪਣੇ ਆਉਣੀਆਂ ਤਾਂ। ਤੂੰ ਗੱਲ ਸੁਣ ਮੁੰਡਿਆ, ਇੱਧਰ ਝਾਤੀ ਮਾਰ, ਤੂੰ ਕਿੰਨੀਆਂ ਪੜ੍ਹਿਆ, ਕੋਈ BA ਕਰੀ ਬੈਠਾ, ਉਹ ਦੰਦੀਆਂ ਕੱਢਣ ਦੀ ਲੋੜ ਨਹੀਂ ਗੀ, ਕੋਈ BA ਕਰੀ ਬੈਠਾ, ਕੋਈ +2 ਕਰੀ ਬੈਠਾ, ਤੁਸੀਂ ਅੱਗ ਲਾਉਣੀ ਉਹ ਸਰਟੀਫਿਕੇਟਾਂ ਨੂੰ, ਜੇ ਤੁਹਾਨੂੰ ਨੌਕਰੀ ਨਹੀਂ ਮਿਲਣੀ ਉਹਦੇ 'ਤੇ ਡਾਂਗਾ ਖਾ ਕੇ ਆ ਜਾਂਦੇ ਤੁਸੀਂ ਉੱਥੋਂ। ਨੌਕਰੀਆਂ ਮੰਗੋ, ਆਪਦੇ ਪਿਓ ਨੂੰ ਸਮਝਾ ਬੱਲਿਆ, ਫਰੀ ਦੇ ਲਾਲਚਾਂ 'ਚ ਨਾ ਪੈ। ਜੇ ਤੂੰ ਜਈ ਲੱਗਣਾ ਤਾਂ ਬਿਜਲੀ ਬਿੱਲ ਭਰ, ਜੇ ਤੂੰ ਲੈਣ ਮੇਨ ਲੱਗਣਾ ਬਿਜਲੀ ਬਿੱਲ ਭਰ, ਬਿਜਲੀ ਸਸਤੀ ਹੋਣੀ ਚਾਹੀਦੀ ਆ। ਨੌਕਰੀ ਦਿਓ, ਬਿੱਲ ਲਓ। ਜਿਹੜੀ ਬੀਬੀ ਤੂੰ ਬੱਸ 'ਚ ਬੈਠੀ, ਜਿਹੜੀ ਕਦੇ ਆਧਾਰ ਕਾਰਡ ਵਿਖਾ ਕੇ ਖੁਸ਼ ਹੋ ਜਾਂਦੀ ਆ, ਹਾਂ ਜਿਹੜਾ ਤੇਰੇ ਨਾਲ ਤੇਰਾ ਮੁੰਡਾ ਬੈਠਾ, ਇਹਨੂੰ ਜੇ ਕਨੈਕਟਰ ਲਾਉਣਾ ਸਰਕਾਰੀ ਬੱਸ 'ਚ ਤਾਂ ਬੱਸ ਦਾ ਕਿਰਾਇਆ ਦੇ। ਜੇਕਰ ਤੂੰ ਉਹਨੂੰ ਡਰਾਈਵਰ ਲਾਉਣਾ ਤਾਂ ਫਿਰ ਤੂੰ ਉਹਨੂੰ ਸਰਕਾਰੀ ਬੱਸ ਦਾ, ਜੇ ਨੌਕਰੀ ਭਾਲਦੀ ਤਾਂ ਉੱਥੇ ਕਿਰਾਇਆ ਦੇ। ਹਰ ਚੀਜ਼ ਤਾਂ ਤੁਸੀਂ ਫਰੀ ਭਾਲਦੇ ਆ। ਸ਼ੁਕਰ ਕਰੋ ਵੀ ਆਪਾਂ ਨਾ ਮਾੜਾ ਮੋਟਾ ਮਹਾਰਾਜ ਨੇ ਆਪਾਂ ਨੂੰ ਹੱਥ ਪੈਰ ਦਿੱਤੇ ਅਤੇ ਆਪਾਂ ਆਪਦੇ ਹੱਕ ਸੱਚ ਦੀ ਖਾਈਏ। ਉਹ ਜਿਹੜਾ ਇਹਦਾ ਭਗਵੰਤ ਮਾਨ ਨੇ ਤਾਂ ਕਰਜ਼ਾ ਚੜ੍ਹਾ ਕੇ ਪਰੇ ਮੁੜ ਜਾਣਾ। ਤੁਸੀਂ 1000 ਰੁਪਈਆ ਡੀਕੀ ਜਾਂਦੀਆਂ ਬੈਠੀਆਂ, 1000 ਰੁਪਈਆ ਨਾ ਡੀਕੋ, 60,000 ਕਰੋੜ ਰੁਪਈਆ ਕਰਜ਼ਾ ਚੜ੍ਹ ਜੂ ਪੰਜਾਬ 'ਤੇ, ਜੇਕਰ 1 ਕਰੋੜ ਔਰਤ ਨੂੰ ਵੀ ਦੇਣ ਤਾਂ 5 ਸਾਲਾਂ ਦਾ ਪੈਸਾ ਬਣਾਈਏ। ਇਸ ਕਰਕੇ ਇਹਨਾਂ ਫਰੀ ਦੀਆਂ ਸਹੂਲਤਾਂ ਦੇ ਪਾਸੇ ਹੋ ਜਾਓ, ਨਹੀਂ ਤੁਸੀਂ ਗੁਰੂਆਂ ਦੇ ਆਪਦੇ ਆਪ ਨੂੰ ਔਲਾਦ ਨਾ ਕਹੋ। ਮੈਂ ਤੁਹਾਨੂੰ ਪਹਿਲੇ ਦੱਸਤੀ ਹੈ, ਗੁਰੂਆਂ ਦੇ 4 ਪੁੱਤ ਗੁਰੂ ਨਹੀਂ ਵਿਕਿਆ, ਗੁਰੂ ਗੋਬਿੰਦ ਸਿੰਘ ਜੀ ਨੇ ਵਿਕੇ 2, ਹਾਂ ਵਿਕਿਆ ਉਹ ਗੁਰੂ ਗੋਬਿੰਦ ਸਿੰਘ ਵਿਕਿਆ ਉਹਦੇ ਪੁੱਤਾਂ ਦੀ ਸ਼ਹੀਦੀ 'ਤੇ, ਵੇਖ ਹੁਣ ਐਂ ਕਰਤਾ ਹੱਥ। ਗੁਰੂ ਗੋਬਿੰਦ ਸਿੰਘ ਵਿਕਿਆ ਆਪਦੀ ਕੁਰਬਾਨੀ 'ਤੇ, ਆਪਦੇ ਪਿਓ ਦੀ ਕੁਰਬਾਨੀ ਵੀ ਉਹਨੇ ਵੇਚਤੀ, ਆਪ ਇੱਥੇ ਵਿਕਿਆ, ਉਹ ਕੁਰਬਾਨੀ ਪਿੱਛੇ ਵਿਕਿਆ। ਤੁਸੀਂ 300 ਯੂਨਿਟ 'ਤੇ ਵੇਖਦੇ ਹਾਂ, ਤੁਸੀਂ ਆਟਾ ਰਾਸ਼ਨ ਦਾਲ 'ਤੇ ਵੇਖਦੇ, ਤੁਸੀਂ ਫਰੀ, ਤੁਸੀਂ ਕਰਜ਼ਾ ਮਾਫੀਆਂ 'ਤੇ ਵੇਖਦੇ ਹਾਂ। ਇਹਦਾ ਮਤਲਬ ਕੀ ਆ? ਤੁਸੀਂ ਗੁਰੂਆਂ ਦੀ ਲਾਦ ਕਦੇ ਨਹੀਂ ਹੋ ਸਕਦੇ। ਜਾਂ ਤਾਂ ਆਪਦੇ ਆਪ ਨੂੰ ਗੁਰੂਆਂ ਦੀ ਲਾਦ ਕਹਿਣਾ ਬੰਦ ਕਰੋ, ਅਤੇ ਜਾਂ ਫਰੀ ਦੀਆਂ ਸਹੂਲਤਾਂ ਲੈਣੀਆਂ ਬੰਦ ਕਰੋ, ਅਤੇ ਰੁਜ਼ਗਾਰ ਮੰਗੋ, ਆਪਦੇ ਬੱਚਿਆਂ ਵਾਸਤੇ ਪੈਸਾ ਮੰਗੋ, 40-40, 30-30 ਹਜ਼ਾਰ ਦੀ ਨੌਕਰੀ ਮੰਗੋ। ਕੁੜੀ ਤੁਹਾਡੀ ਪੜ੍ਹੀ ਲਿਖੀ ਆ, ਉਹਨੂੰ 20 ਹਜ਼ਾਰ ਦੀ ਕੋਈ ਨੌਕਰੀ ਤਾਂ ਦਿੰਦਾ ਨਹੀਂ, ਉਹਨੂੰ 55,000 ਸਗਨ ਸਕੀਮ ਮੰਗਦੇ ਆ। ਇਸ ਕਰਕੇ ਇਹ ਚੀਜ਼ਾਂ ਗਲਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।